शिखांचे आद्यगुरु गुरुनानक देवजी महाराज यांच्या 550व्या प्रकाश पूरब वर्षानिमित्त नाशिकच्या गुरु गोविंद सिंग फाउंडेशन आणि गुरुनानक देवजी असोसिएशनच्या वतीने पूर्ण सप्ताहभर विविध कार्यक्रमांचे आयोजन करण्यात आले होते. शिखांचे आद्यगुरु गुरुनानक यांनी शीख धर्मांची स्थापना केली. शीख धर्मियांवर नंतर अनेक संकटे आली आणि आक्रमणे झाली. त्यातून शीख धर्मगुरूंनी मार्गक्रमण केले, लढा दिला. त्याबद्दल धर्मगुरूंची गौरवगाथा थोडक्यात पाहू. क्षमा भी कम नहीं कुछ इश्क में परवाने से, जान देता है अगर वो तो ये सर देती है. वाहेगुरु जी का खालसा, वाहेगुरु जी की फतेह. शहीदां दे सरताज, शांति दे पुंज, साहिब श्री गुरु अर्जन देव जी दा 411वां शहीदी दिहाड़ा है. गुरु साहब नू तत्ती तवी ते बिठा के सीस रेत पाके तसीह दिते गए, पर शांति दे पुंज ने मुख चो उचारिया तेरा किया मीठा लागे, हर नाम पदारथ नानक मांगे. गुरु साहब नू शहीद क्यों किया गया सी, आओ जान दिया जग बाणी दी इस स्पेशल रिपोर्ट दे विच. जपे ओ जिन अर्जन देव गुरु, फिर संकट जोन गर्भ न आयो, फिर संकट जोन गर्भ न आयो. ਤੱਤੀ ਤਵੀ ਤੇ ਬੈਠਾ ਰੂਪ ਭਗਵਾਨ ਦਾ, ਚੱਲੀ ਜਾਵੇ ਤਨ ਉਤੇ ਦੁਖੋ ਜਹਾਨ ਦਾ. ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ. ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਸੰਗਤਾਂ ਦੇ ਵਿੱਚ ਵਿਚਰਿਆ, ਜਿਸ ਸਦਕਾ ਸੇਵਾ, ਸਿਮਰਨ, ਸਿਆਣਪ, ਸਤਿਕਾਰ, ਨੇਮ, ਸ਼ਾਂਤ ਸੁਭਾਅ ਵਰਗੇ ਗੁਣ ਵਿਰਸੇ ਵਿੱਚ ਹੀ ਉਹਨਾਂ ਨੂੰ ਪ੍ਰਾਪਤ ਹੋਏ. ਸ਼੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿੱਚ ਨਿਮਰਤਾ ਦੇ ਗੁਣਾਂ ਨੂੰ ਦੇਖਦੇ ਹੋਏ 1581 ਨੂੰ ਜੋਤੇ ਜੋਤ ਸਮਾਉਣ ਵੇਲੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬਾਬਾ ਬੁੱਢਾ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ. ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ ਨਾਲ ਗੁਰੂ ਰਾਮਦਾਸ ਜੀ ਵੱਲੋਂ ਆਰੰਭੇ ਕਾਰਜਾਂ ਨੂੰ ਵੀ ਨੇਪਰੇ ਚਾੜਨਾ ਸ਼ੁਰੂ ਕੀਤਾ. ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਤੋਂ ਕਰਵਾਇਆ. ਸ਼੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ. ਗੁਰੂ ਸਾਹਿਬ ਨੇ ਆਪਣੇ ਗੁਰਗੱਦੀ ਕਾਲ ਦੇ ਦੌਰਾਨ ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਨ ਦਾ ਕੀਤਾ. ਗੁਰੂ ਸਾਹਿਬ ਨੇ ਗੁਰੂਆਂ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ. ਇਸ ਮਹਾਨ ਕੰਮ ਨੂੰ 1601 ਤੋਂ 1604 ਦੇ ਲੰਮੇ ਅਰਸੇ ਦੇ ਵਿੱਚ ਸੰਪੂਰਨ ਕੀਤਾ ਗਿਆ. ਇਸ ਸੇਵਾ ਦੇ ਵਿੱਚ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ. ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖ ਹੇਠ ਜਿਲਦ ਸਾਜ ਕੀਤੀ ਅਤੇ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ. ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ਤੇ ਪਹਿਲਾ ਹੁਕਮਨਾਮਾ ਲਿਆ. ਗੁਰੂ ਸਾਹਿਬ ਦੀ ਵੱਧ ਰਹੀ ਪ੍ਰਸਿੱਧੀ ਨੂੰ ਦੇਖ ਕੇ ਅਕਬਰ ਦਾ ਪੁੱਤਰ ਜਹਾਂਗੀਰ ਜੋ ਤਖ਼ਤ ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ. ਜਹਾਂਗੀਰ ਕਿਸੇ ਮੌਕੇ ਦੀ ਤਲਾਸ਼ ਵਿੱਚ ਸੀ. ਇਨ੍ਹੀਂ ਦਿਨੀਂ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕੀਤੀ. ਵਿਆਸ ਤੋਂ ਲੰਘਦਿਆਂ ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਵਾਸਤੇ ਗੋਇੰਦਵਾਲ ਗਿਆ. ਪਰ ਜਹਾਂਗੀਰ ਨੇ ਉਸ ਹਰ ਸ਼ਖਸ ਨੂੰ ਜਿਸ ਨੇ ਖੁਸਰੋ ਦੇ ਨਾਲ ਮਿਲਵਰਤੋਂ ਕੀਤੀ ਹੈ ਉਸ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ. ਇਸੇ ਹੁਕਮ ਤਹਿਤ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ. ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦੇ ਹੁਕਮ ਜਾਰੀ ਕੀਤੇ ਗਏ. ਗੁਰੂ ਜੀ ਨੂੰ ਉਬਲਦੇ ਪਾਣੀ ਵਿੱਚ ਅਤੇ ਫਿਰ ਤੱਤੀ ਤਵੀ ਉੱਪਰ ਬਿਠਾ ਕੇ ਸੀਸ ਵਿੱਚ ਗਰਮ ਰੇਤ ਪਾ ਕੇ ਤਸੀਹੇ ਦਿੱਤੇ ਜਾਂਦੇ ਹੈ. ਪਰ ਗੁਰੂ ਸਾਹਿਬ ਜੀ ਮੁਖੋਂ ਉਚਾਰਦੇ ਰਹਿ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ. ਅੰਤ ਕਈ ਦਿਨਾਂ ਦੇ ਕਠੋਰ ਤਸੀਹਿਆਂ ਤੋਂ ਬਾਅਦ ਗੁਰੂ ਸਾਹਿਬ ਨੂੰ ਰਾਵੀ ਨਦੀ ਚ ਇਸ਼ਨਾਨ ਕਰਨ ਲਈ ਕਿਹਾ ਗਿਆ. ਤਾਂ ਗੁਰੂ ਸਾਹਿਬ ਨੇ ਇਸ਼ਨਾਨ ਕਰਨ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਅਤੇ ਭਾਈ ਬਿਧੀ ਚੰਦ ਜੀ ਨੂੰ 5 ਪੈਸੇ ਤੇ ਨਾਰੀਅਲ ਦੇ ਕੇ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਜੀ ਨੂੰ ਆਪਣੀ ਗੁਰਗੱਦੀ ਦੇ ਵਾਰਸ ਬਣਾਉਣ ਲਈ ਕਿਹਾ. ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਰਾਵੀ ਨਦੀ ਚ ਜੋਤੀ ਜੋਤ ਸਮਾ ਗਏ ਤੇ ਬਾਅਦ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛੇਵੀਂ ਗੁਰੂ ਬਣਾਇਆ ਗਿਆ. ਇਸ ਤਰ੍ਹਾਂ ਸਿੱਖ ਧਰਮ ਦਾ ਮਹਾਨ ਸੂਰਜ ਜਗ ਨੂੰ ਸ਼ਾਂਤੀ, ਸਦਭਾਵਨਾ, ਪਰਉਪਕਾਰਤਾ ਤੇ ਸ਼ਹਾਦਤ ਦੇ ਗੁਣ ਸਿਖਾਉਂਦਾ ਹੋਇਆ ਸਰੀਰ ਕਰਕੇ ਭਾਵੇਂ ਅਸਤ ਹੋ ਗਿਆ ਪਰ ਜੋਤ ਕਰਕੇ ਸਦਾ ਲਈ ਅਮਰ ਹੈ.
जगबानी टीम वालों भी शहीदां दे सरताज साहिब श्री गुरु अर्जन देव जी नूं कोटी कोटी प्रणाम। गुरु नानक देव जी महाराज यांच्या 550व्या प्रकाश पूरब वर्षा निमित्त आज सकाळी एकाच वेळी नाशिक रोड देवली कॅम्प इंद्रानगर शिंगाडा तलाव सातपूर पंचवटी ओझर येथे सरबत वाटप करण्यात आले। गुरु गोविंद सिंग फाउंडेशन मध्येही सरबत वाटप झाले। या प्रसंगी गुरु गोविंद सिंग फाउंडेशनचे चेअरमन गुरुदेव सिंग बिरदी, कुलजीत सिंग बिरदी, रेणू बिरदी, रघुबीर सलुजा, अमिता कौर सलुजा, गुरु गोविंद सिंग फाउंडेशनचे कार्यकारी अधिकारी परमिंदर सिंग, अवतार सिंग पनफेर, डॉली राजपूत, इंदरजीत सिंग घटोडे, ज्ञानचंद देवगन, हरजीत सिंग आनंद, हेमंत झांबरे, मिल्खा सिंग हुडक, कुलवंत सिंग बक्का आदी मान्यवर उपस्थित होते। नाशिक सिटी न्यूज साठी प्रतिनिधी देविदास पाटील, नाशिक।